ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਤੇ ਪੂਰਨ ਚੰਦ ਦੀ ਦੁਕਾਨ ਦੇ ਵਿੱਚ ਸਵੇਰ ਦੇ 4:50 ਤੋਂ ਲੈ ਕੇ 5 ਵਜੇ ਦੇ ਵਿੱਚ ਇੱਕ ਚੋਰੀ ਹੋਈ ਸੀਗੀ, ਕੱਪੜਿਆਂ ਦੀ ਚੋਰੀ। ਉਹਦੇ ਸੰਬੰਧ ਵਿੱਚ ਪੁਲਿਸ ਨੇ ਜਿਹੜਾ CCTV ਫੁਟੇਜ ਦੀ ਹੈਲਪ ਦੇ ਨਾਲ 9 ਲੇਡੀਜ਼ ਅਤੇ ਇੱਕ ਬੰਦੇ ਜਿਹੜੇ ਚੋਰੀ ਕਰਕੇ ਲੈ ਕੇ ਗਏ ਸੀਗੇ, ਉਹਨਾਂ ਨੂੰ ਟਰੇਸ ਕੀਤਾ। ਸਾਦਕ ਥਾਣੇ ਦੇ ਨੇੜੇ ਹੀ ਕਰਕੇ ਬਾਜ਼ਾਰ ਦੇ ਵਿੱਚ ਜੰਡ ਸਾਹਿਬ ਰੋਡ 'ਤੇ ਵੇਦ ਪ੍ਰਕਾਸ਼ ਪੁੱਤਰ ਪੂਰਨ ਚੰਦ ਦੀ ਦੁਕਾਨ ਦੇ ਵਿੱਚ ਸਵੇਰ ਦੇ 4:50 ਤੋਂ ਲੈ ਕੇ 5 ਵਜੇ ਦੇ ਵਿੱਚ ਇੱਕ ਚੋਰੀ ਹੋਈ ਸੀਗੀ, ਕੱਪੜਿਆਂ ਦੀ ਚੋਰੀ। ਉਹਦੇ ਸੰਬੰਧ ਵਿੱਚ ਪੁਲਿਸ ਨੇ ਜਿਹੜਾ CCTV ਫੁਟੇਜ ਦੀ ਹੈਲਪ ਦੇ ਨਾਲ 9 ਲੇਡੀਜ਼ ਅਤੇ ਇੱਕ ਬੰਦੇ ਜਿਹੜੇ ਚੋਰੀ ਕਰਕੇ ਲੈ ਕੇ ਗਏ ਸੀਗੇ, ਉਹਨਾਂ ਨੂੰ ਟਰੇਸ ਕੀਤਾ, ਜਿਸ ਦੇ ਸੰਬੰਧ ਵਿੱਚ ਜਿਹੜਾ ਉਹਨਾਂ ਦਾ ਅੱਧਾ ਮਾਲ ਆ ਉਹ ਰਿਕਵਰ ਹੋ ਚੁੱਕਾ ਹੈ। ਰਿਮਾਂਡ ਵਗੈਰਾ ਵੀ ਲਿਆ? ਹਾਂਜੀ, ਰਿਮਾਂਡ 3 ਦਿਨ ਦੇ ਰਿਮਾਂਡ 'ਤੇ ਸੀ ਸਾਡੇ ਕੋਲ। ਇਹਨਾਂ 'ਤੇ ਕਾਫੀ ਪਰਚੇ ਦਰਜ ਨੇ, ਅਲੱਗ ਅਲੱਗ ਥਾਣਿਆਂ ਦੇ ਵਿੱਚ ਅਲੱਗ ਅਲੱਗ ਪਰਚੇ ਦਰਜ ਨੇ ਇਹਨਾਂ ਦੇ ਖਿਲਾਫ਼। ਇਹ ਕੀ ਪਲੈਨਿੰਗ ਕਿਵੇਂ ਕਰਦੇ ਸੀ ਜਿਹੜੀ ਚੋਰੀਆਂ ਕਰਨ ਦੀ? ਇਹ ਇੱਕ ਦਿਨ ਪਹਿਲਾਂ ਰੈਕੀ ਕਰਦੇ ਨੇ, ਉਸ ਤੋਂ ਨੈਕਸਟ ਰਾਤ ਜਾਂ ਮੋਰਨਿੰਗ ਅਰਲੀ ਮੋਰਨਿੰਗ ਦੇ ਵਿੱਚ ਇਹ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਇਹ ਕੀ ਮੰਨਦੇ ਹੋ ਤੁਸੀਂ, ਇਨਵੈਸਟੀਗੇਸ਼ਨ ਦੇ ਕੋਲ ਪਤਾ ਲੱਗਾ ਹੋਊਗਾ ਵੀ ਜੇ ਮਹਿਲਾਵਾਂ ਹੈ ਇਹ ਹੀ ਕਿਉਂ ਇਹਨਾਂ ਦੇ ਇਸ ਕੰਮ ਦੇ ਵਿੱਚ ਸਾਹਮਣੇ ਲਿਆਉਂਦਾ ਗਿਆ ਉਹਨਾਂ ਨੂੰ? ਇਹ ਜਦੋਂ ਇੱਕ ਲੇਡੀਜ਼ ਜਾਂਦੀ ਹੈ ਕਿਤੇ, ਲੇਡੀਜ਼ ਨੂੰ ਇੱਕ ਪੋਜ਼ਿਟਿਵ ਪੁਆਇੰਟ ਵਾਸਤੇ ਰੱਖਿਆ ਜਾਂਦਾ ਵੀ ਲੇਡੀਜ਼ 'ਤੇ ਕੋਈ ਛੇਤੀ ਸ਼ੱਕ ਨਹੀਂ ਕਰ ਸਕਦਾ ਕਿ ਵੀ ਜਿਹੜੀ ਚੋਰੀ ਵਗੈਰਾ ਉਹ ਸਿਰਫ ਜੈਂਟਸ ਹੀ ਕਰ ਸਕਦੇ ਨੇ। ਇਸ ਕਰਕੇ ਇਹਨਾਂ ਨੂੰ ਗਾਂਹ ਮੋਟੀਵੇਟ ਕੀਤਾ ਜਾਂਦਾ ਵੀ ਤੁਸੀਂ ਗਾਂਹ ਹੋਵੋ ਅਤੇ ਜੈਂਟਸ ਦੀ ਹੈਲਪ ਨਾ ਲਈ ਜਾਵੇ, ਵੀ ਸ਼ੱਕ ਨਹੀਂ ਜਾਵੇ। ਇਹ ਜਿਹੜੇ ਕਾਗਜ਼ ਚੁੱਕਣ ਵਾਲੇ ਨਹੀਂ ਹੁੰਦੇ, ਜਿਹੜੇ ਪੱਲੀਆਂ ਲੈ ਕੇ ਜਾਂਦੇ ਨੇ, ਇਹ ਉਹੀ ਲੋਕ ਨੇ ਜਿਨ੍ਹਾਂ ਨੇ ਇਹ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਅੱਗੇ ਕੀ ਤਫਤੀਸ਼ ਕਰ ਰਹੇ? ਅਗਲੀ ਤਫਤੀਸ਼ ਅਸੀਂ ਜੋ ਇਹਨਾਂ ਦੇ ਹੋਰ ਸਾਥੀ ਨੇ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਵੀ ਤਫਤੀਸ਼ ਹੈਗੀ ਹੈ ਅਗਲੀ ਅਮਲ 'ਚ ਲਿਆਂਦੀ ਜਾਏਗੀ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 466 77009।